ਅੱਜ ਦੋਸਤੋ 13 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਅਤੇ ਸਮਾਂ ਜਿਹੜਾ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ 3:30 ਵਜੇ ਈਵਨਿੰਗ ਟਾਈਮ ਹੈਗਾ, ਠੀਕ ਹੈ ਜੀ। ਅਤੇ ਬੈੜਾ ਜਿਹੜੀਆਂ ਦੋਸਤੋ ਅੱਜ ਆਪਾਂ ਤੁਹਾਨੂੰ 4 ਦਿਖਾਵਾਂਗੇ ਪ੍ਰੋਪਰ, ਠੀਕ ਆ। ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲਵਾਂਗੇ। ਜਿਸ ਥਾਂ 'ਤੇ ਤੁਸੀਂ ਵਿਜਿਟ ਕਰਨੀ ਹੈਗੀ ਆ, ਪਿੰਡ ਦੁੱਗਲਵਾਲਾ ਹੈਗਾ ਦੋਸਤੋ, ਤਹਿਸੀਲ ਅਤੇ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਹੈਗਾ। ਸੇਰੋਂ ਬਿਲਕੁਲ ਨਜ਼ਦੀਕ ਆ ਇਸ ਪਿੰਡ ਦੇ, ਰਸੂਲਪੁਰ ਨਹਿਰਾਂ ਪਿੰਡ ਬਿਲਕੁਲ ਨੇੜੇ ਆ। ਅਤੇ ਇੱਕ ਪਾਸੇ ਦੋਸਤੋ ਟੋਟੀਆਂ ਵਾਲਾ ਜਿਹੜਾ ਟੋਟੀਆਂ ਪਿੰਡ, ਉਹ ਵੀ ਥੋੜ੍ਹੀ ਕੁ ਦੂਰੀ 'ਤੇ ਜਿਹੜਾ ਇੱਥੋਂ ਹੈਗਾ। ਅਤੇ ਖਾਸ ਵਿਜਿਟ ਜਿਹੜੀ ਤੁਸੀਂ ਪਿੰਡ ਦੁੱਗਲਵਾਲਾ ਕਰਨੀ ਹੈ, ਵੀਰ ਸੋਨੂੰ ਓਨਰ ਏ, ਸੋਨੂੰ ਵੀਰ ਦੇ ਨਾਲ ਪੂਰੀ ਇਨਫੋਰਮੇਸ਼ਨ ਆਪਾਂ ਲਵਾਂਗੇ ਉਹਨਾਂ ਤੋਂ ਇਹਨਾਂ ਵਿਹੜਾਂ ਦੇ ਰਿਗਾਰਡਿੰਗ, ਅਤੇ ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਾਂਗੇ। ਵਿਹੜਾਂ ਦੋਸਤੋ ਸੂਈਆਂ ਸਵਾਈਆਂ ਵੀ ਹੈਗੀਆਂ, ਅਤੇ ਵਧੇਰੇ ਡਿਟੇਲ ਦੇ ਲਈ ਆਪਾਂ ਚੱਲਦੇ ਹਾਂ ਵੀਰ ਹੋਣਾਂ ਦੇ ਕੋਲ, ਪੁੱਛ ਲੈਂਦੇ ਕੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਵਿਹੜਾਂ ਦੇ ਰਿਗਾਰਡਿੰਗ। ਸਭ ਤੋਂ ਪਹਿਲਾਂ ਵੀਰ ਸੋਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਵੀਰ ਜੀ ਠੀਕ ਠਾਕ ਹੋ? ਹਾਂਜੀ ਵਧੀਆ ਠੀਕ ਠਾਕ। ਠੀਕ ਆ ਸੋਨੂੰ ਵੀਰ, ਪਿੰਡ ਆਪਣਾ ਦੁੱਗਲਵਾਲਾ ਹੀ ਹੈ, ਹਾਂਜੀ ਠੀਕ ਆ। ਅਤੇ ਪਿੱਛੇ ਆਪਾਂ ਵਿਹੜਾਂ ਪਾਈਆਂ ਸੀ, ਹੋ ਗਈਆਂ ਸੀ ਸੇਲ ਉਹਨਾਂ 'ਚੋਂ ਜੀ? ਹਾਂਜੀ ਉਹਨਾਂ 'ਚ 2 ਹੋ ਗਈਆਂ ਸੀ ਸੇਲ, ਉੱਦਣ ਹੀ ਹੋ ਗਈਆਂ ਸੀ। ਠੀਕ ਆ ਜੀ। ਅਤੇ ਇੱਕ ਦੀ ਕਿਸੇ ਵੀਰ ਨੇ ਸਾਈ ਪਾ ਛੱਡੀ ਅਤੇ ਉਹਨੇ ਮੁੜ ਕੇ ਫੋਨ ਹੀ ਨਹੀਂ ਚੱਕਿਆ ਹੈਗਾ। ਮੈਂ ਸੋ ਫੋਨ ਬਹੁਤ ਆਏ ਆ। ਹਾਂਜੀ ਹਾਂਜੀ। ਅਤੇ ਮੈਂ ਉਹਨਾਂ ਨੂੰ ਕਹੀ ਗਿਆ ਕਿ ਸੇਲ ਹੋ ਗਈ, ਸੇਲ ਹੋ ਗਈ, ਅਤੇ ਉਹ ਬਾਅਦ ਵਿੱਚ ਫਿਰ ਤਾਂ ਕਰ ਬਾਅਦ ਵਿੱਚ ਕਈ ਨਾ ਫੋਨ ਬੰਦਾ ਸੋਚਦਾ ਵੀ ਸ਼ਾਇਦ ਵਿਕ ਗਈ ਹੈ। ਹਾਂਜੀ ਹਾਂਜੀ। ਅਤੇ ਚਲੋ ਕੋਈ ਗੱਲ ਨਹੀਂ, ਅੱਜ ਆਪਾਂ ਫਿਰ ਵੀਰਾਂ ਦੇ ਧਿਆਨ 'ਚ ਲਿਆ ਦਾਂਗੇ ਉਹ ਵਿਹੜ। ਹਾਂਜੀ ਹਾਂਜੀ। ਅਤੇ ਸੋਨੂੰ ਵੀਰ ਪਹਿਲੇ ਨੰਬਰ ਤੋਂ ਸਟਾਰਟ ਕਰ ਲਈਏ। ਹਾਂਜੀ। 4 ਵਿਹੜਾਂ ਦਿਖਾਉਣੀਆਂ ਆਪਾਂ, ਅਤੇ ਪਹਿਲੇ ਨੰਬਰ ਵਾਲੀ ਜਿਹੜੀ ਇਹ ਬਲੈਕ ਦੇ ਵਿੱਚ ਵਿਹੜ ਹੈਗੀ ਆ। ਪੂਰੀ ਇਨਫੋਰਮੇਸ਼ਨ ਮੇਰਾ ਵੀਰ ਇਹਦੀ ਦੇ ਦਈਏ, ਆਪਾਂ ਨੇ ਵੀਰਾਂ ਨਾਲ ਕਰੀਏ ਸਾਂਝੀ ਵੀ ਕਿੰਨਵਾਂ ਸੂਆ ਸੂਈ ਆ ਅਤੇ ਕਦੋਂ ਕਦੀ ਸੂਈ ਆ? ਇਹ ਦੂਜੇ ਸੂਏ ਸੂਈ ਹੈ, ਇਹ ਅੱਜ ਹੀ ਹਿਸਾਬ ਨਾਲ ਤੜਕੇ ਦੀ ਸੂਈ ਹੋਈ ਆ। ਠੀਕ ਹੈ ਜੀ। ਹਾਂਜੀ। ਅਤੇ 8-9 ਵਜੇ ਇਹਨੇ ਜੇਰ ਪਾਤੀ ਸੀ। ਠੀਕ ਹੈ ਜੀ। ਹਾਂਜੀ। ਸੁਬਹ ਦੂਜਾ ਸੂਈ ਆ। ਹਵਾਨੇ ਹਵੂਨੇ ਤੋਂ ਬਹੁਤ ਵਧੀਆ ਲੱਗਣ ਡਈ ਬਾਈ। ਪੂਰੀ ਸੀਲ ਠੰਡੀ, ਕੋਈ ਗੱਲ ਨਹੀਂ। ਤੇ ਬੱਚਾ ਇਸੇ ਨੀਚੇ ਕੀ ਆ ਗਿਆ ਜੀ? ਇਹਦੇ ਮਗਰ ਬੱਚਾ ਜੀ। ਬੱਚਾ ਆ ਗਿਆ। ਹਾਂਜੀ ਹਾਂਜੀ। ਠੀਕ ਹੈ ਮੜਾ, ਆ ਬੈਡ ਨੂੰ ਪਾਸੇ ਕਰਕੇ ਜੀ ਹਟਾਈਏ। ਦੂਜਾ ਸੂਆ ਦੋਸਤੋ ਮਗਰ ਬੱਚਾ ਆਇਆ, ਠੀਕ ਆ। ਇਸ ਦੇ ਨੀਚੇ ਬੱਚਾ, ਆਰਡਰ ਉਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ, ਠੀਕ ਆ ਜੀ। ਤੇ ਬਾਕੀਆਂ ਥੋੜਾ ਜਿਹਾ ਨਵਾਇਆ ਧਵਾਇਆ ਨਹੀਂ ਪਸ਼ੂ, ਕਿਉਂਕਿ ਤਾਜ਼ੀ ਸੂਈ ਆ, ਤਾਜ਼ੀ ਸੂਈ ਕਰਕੇ ਧੁੱਪ ਦੇ ਵਿੱਚ ਬੰਨੀ ਆ। ਤੇ ਫਿਲਹਾਲ ਤੁਸੀਂ ਵੇਖ ਕੇ ਚੈੱਕ ਕਰਵਾ ਕਰੋ ਚੈੱਕ ਜੀ, ਹਵਾਨੇ ਦੀ ਆਰਡਰ ਦੀ ਕੁਆਲਿਟੀ ਜ਼ਰੂਰ ਚੈੱਕ ਕਰੋ, ਠੀਕ ਆ। ਚੰਗਾ ਸੋਹਣਾ ਲੇਵਾ ਲੱਗਾ ਦੋਸਤੋ ਬੈਡ ਨੂੰ, ਅਤੇ ਮੈਂ ਤੁਹਾਨੂੰ ਇੱਕ ਵਾਰੀ ਕੋਲੇ ਤੋਂ ਦਿਖਾਊਂਗਾ, ਕਿਉਂਕਿ ਦੂਰੋਂ ਮੈਂ ਤਾਂ ਦਿਖਾ ਦਿੰਦਾ ਉਹਨਾਂ ਪਸ਼ੂ ਦਾ ਜਿਹੜਾ ਐਸਟੀਮੇਟ ਹੈਗਾ ਦੋਸਤੋ ਤੁਹਾਨੂੰ ਜ਼ਰੂਰ ਲੱਗ ਜੇ। ਮੀਡੀਅਮ ਹਾਈਟ ਆ ਬੈਡ ਦੀ, ਅਤੇ ਮੈਨੂੰ ਲੱਗਦਾ ਵੀ ਕਰੋਸ ਅੰਗ ਦੇ ਵਿੱਚ, ਜਰਸੀ ਦੇ ਵਿੱਚ ਆ, ਠੀਕ ਆ। ਜਰਸੀ ਦਾ ਕਰੋਸ ਅੰਗ ਆ, ਫੇਸ ਪੂਸ ਦੀ ਕੁਆਲਿਟੀ ਜਿਹੜੀ ਆ ਤੁਹਾਨੂੰ ਨੋਰਮਲੀ ਵੇਖ ਕੇ ਸਮਝ ਆ ਜਾਣੀ ਆ, ਕੰਨ ਕੁੰਨ ਬਿਲਕੁਲ ਛੋਟਾ ਜਿਹਾ। ਅਤੇ ਆਹ ਹਵਾਨੇ ਤੋਂ ਤੁਸੀਂ ਦੇਖੋ, ਠੀਕ ਆ, ਹਵਾਨਾ ਬਹੁਤ ਸੋਹਣਾ ਬੈਡ ਦਾ, ਠੀਕ ਆ। ਅਤੇ ਵੇਣ ਵੂਣ ਜਿਹੜੀ ਆ ਮੋਟੀ ਤੁਹਾਨੂੰ ਉਭਰੀ ਹੋਈ ਨਜ਼ਰ ਆਵੇਗੀ, ਅਤੇ ਥਣ ਵੀ ਬਿਲਕੁਲ ਮੁੱਠੀ ਵਾਲਾ, ਕਈ ਵਾਰਾਂ ਦੋਸਤੋ ਚਵਾਈ ਆ, ਠੀਕ ਆ। ਬੱਚੇ ਤੋਂ ਲੈ ਕੇ ਬਜ਼ੁਰਗ, ਭਰਾ, ਭੈਣ, ਬੜੇ ਆਰਾਮ ਨਾਲ ਤੁਸੀਂ ਚਵਾਈ ਕਰ ਸਕਦੇ ਜੀ, ਥਣ ਦੀ ਕੁਆਲਿਟੀ ਸੋਹਣੀ ਆ। ਅਤੇ ਸੂਆ ਦੂਜਾ ਦੱਸਤਾ ਵੀਰ ਸੋਨੂੰ, ਹਾਂਜੀ। ਅਤੇ ਮੁੱਲ ਵੀਰ ਕਿੰਨਾ ਭਾਅ ਪੜਦਾ ਹੈਗਾ, ਘੱਟੋ ਘੱਟ ਵੀ ਕੀ ਲੈਦੇ ਆਪਾਂ ਕਰਨਾ ਵੀਰ? ਮੁੱਲ ਇਹਦਾ ਇਹ ਆ ਕਿ ਸਵੇਰੇ ਆਪਾਂ 5 ਕੁ ਲੀਟਰ ਬੋਲਾ ਕੱਢਿਆ ਵਾ, ਹਾਂਜੀ। ਤੇ ਘਰ ਵਾਲਿਆਂ ਦੇ ਦੱਸਣ ਮੁਤਾਬਕ 15-16 ਲੀਟਰ ਪਹਿਲੇ ਸੂਏ ਨੇ ਕੱਢਿਆ ਵਾ ਜੀ। ਤੇ ਆਪਾਂ ਚਲੋ ਵੱਧ ਨਹੀਂ ਕਹਿੰਦੇ, ਆਪਾਂ 15-16 ਮਾਰ ਕੇ ਦਿੰਦੇ ਆ, 15-16 ਆਰਾਮ ਨਾਲ ਹੀ ਕਰ ਜੇਗੀ ਇਹ। ਦੇਣਾ ਚਾਹੀਦਾ ਬੈਠ ਨੂੰ ਹਾਂ, ਜਿਹੋ ਜਿਹਾ ਹਵਾਨਾ ਲੱਗਾ ਬੈਠ ਨੂੰ, ਹਾਂਜੀ ਹਾਂਜੀ, ਠੀਕ ਆ। ਤੇ ਦੋਸਤੋ ਵਧੀਆ ਹੈਗਾ, ਸੋਹਣਾ ਹਵਾਨਾ, ਕਿਉਂਕਿ ਮੈਂ ਪਹਿਲਾਂ ਜ਼ਿਕਰ ਕਰਤਾ ਇਹ ਤਾਜ਼ੀ ਸੂਣ ਕਰਕੇ ਨਵਾਇਆ ਤਾਂ ਹੋਇਆ ਨੀਗਾ। ਬਾਕੀ ਬੈਠ ਬਹੁਤ ਖੂਬਸੂਰਤ ਆ, ਜਰਸੀ ਅੰਗ ਦੇ ਵਿੱਚ ਆ, ਅਤੇ ਬਲੈਕ ਜਰਸੀ ਕਹਿ ਸਕਦੇ ਆਪਾਂ, ਠੀਕ ਆ ਬਾਈ। ਅਤੇ ਇੱਕ ਵਾਰੀ ਆਪਾਂ ਖੋਲ੍ਹ ਕੇ ਤੋਰ ਕੇ ਦਿਖਾਈਏ ਜੀ ਇਹਨੂੰ। ਹਾਂ, ਬੈਠ ਜਿਹੜੀ ਦੋਸਤੋ ਤੁਹਾਨੂੰ ਪਸੰਦ ਆਵੇਗੀ ਤਕਰੀਬਨ, ਅਤੇ ਆ ਕਰੋ, ਠੀਕ ਆ। ਅਤੇ ਹਾਈਟ ਵੀ ਬਿਲਕੁਲ ਜਿਹੜੀ ਆ ਦੋਸਤੋ ਮੀਡੀਅਮ ਆ, ਅਤੇ ਖਰਚਾ ਵੀ ਜਿਹੜਾ ਨੋਰਮਲ ਹੋਵੇਗਾ ਇਸਦਾ, ਕਿਉਂਕਿ ਪੱਠੇ ਡੱਕੇ ਦਾ ਅਤੇ ਵੰਡ ਵੱਟੇ ਦਾ ਵੀ ਖਰਚਾ ਬਿਲਕੁਲ ਨੋਰਮਲ ਆ ਬੈਠ ਦਾ। ਹਵਾਨੇ ਦੀਆਂ ਪੰਡਾਂ ਪਾਈ ਫਿਰਦੀ ਆ, ਅਤੇ ਬੋਲੇ ਦੇ ਵਿੱਚ ਵੀਰਾਂ ਦਾ ਵੀ 4 ਕੁ ਲੀਟਰ ਜਿਹੜਾ ਸੁਬਹਾ ਚਵਾਈ ਕੀਤੀ ਹੈ ਨਾ ਵੀਰ, 4-5 ਲੀਟਰ ਸੀਗਾ ਜੀ, ਠੀਕ ਆ ਬਿਲਕੁਲ ਜੀ।
ਲਓ ਵੀ ਦੋਸਤ ਕਰੋ ਚੈੱਕ। ਠੀਕ ਆ, ਅਤੇ ਵੀਰ ਕਿੰਨਾ ਕੁ ਮੁੱਲ ਹੈਗਾ ਫਿਰ? ਮੁੱਲ ਇਹਦਾ ਭਾਵੇਂ ਆਪਾਂ 45 ਕਰ ਲਈਏ ਭਾਵੇਂ 42 ਕਰ ਲਈਏ, ਹਾਂਜੀ ਆਪਾਂ 40,000 ਦੀ ਗਾਈ ਦੇ ਦਾਂਗੇ। 40,000? ਹਾਂਜੀ ਹਾਂਜੀ। ਠੀਕ ਆ ਬਾਈ, ਹਾਂਜੀ ਮਗਰ ਬੱਚਾ ਹੈ ਨਾ? ਬੱਚਾ ਮਗਰ, ਹਾਂਜੀ। ਠੀਕ ਆ, ਬਾਕੀ ਪਾਸ ਥਣਾ ਦੀ ਬਿਲਕੁਲ ਓਕੇ ਆਈ ਹੈ ਜੀ? ਓਕੇ ਓਕੇ, ਕੋਈ ਭੂਰ ਨਹੀਂ, ਕੋਈ ਛੱਡਣਾ ਨਹੀਂ, ਕੋਈ ਗੱਲ ਨਹੀਂ। ਲਓ ਵੀ ਦੋਸਤੋ, ਠੀਕ ਆ, ਮਾਰ ਲਿਓ ਮੱਲ ਮੇਰਾ ਵੀਰ, ਕਿਉਂਕਿ ਅੱਗੇ ਤੁਸੀਂ ਘਰੇ ਰੱਖਣੀ ਹੈ ਨਾ, ਅਤੇ ਵੈੜ ਚੰਗੀ ਆ, ਅੱਗੇ ਗਰਮੀ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਇਹਨੂੰ ਮੁਸ਼ਕਲ ਨਹੀਂ ਆਉਂਦੀ ਵੈੜ ਨੂੰ, ਠੀਕ ਹੈ ਜੀ? ਜਰਸੀ ਅੰਗ ਦੇ ਵਿੱਚ ਵੈੜ ਆ। ਇਸ ਤੋਂ ਬਾਅਦ ਆਪਾਂ ਇੱਕ ਤੁਹਾਨੂੰ ਬਿਲਕੁਲ ਕ੍ਰੋਸ ਬਰੀਡ ਦੇ ਵਿੱਚ ਵਿਖਾਵਾਂਗੇ, ਠੀਕ ਹੈ ਜੀ? ਅਤੇ ਵੈੜ ਇਹ ਵੀ ਚੰਗੀ ਆ, ਹਵਾਨੇ ਹੋਣੇ ਦੀ ਦਿੱਖ ਤਾਂ ਬਹੁਤ ਵਧੀਆ ਖੂਬਸੂਰਤ ਆ, ਠੀਕ ਹੈ ਜੀ? ਅਤੇ ਬਿਲਕੁਲ ਲਾਲੀ ਦੇ ਵਿੱਚ ਹਵਾਨਾ, ਅਤੇ ਥਣਾ ਥੋਣਾ ਦੀ ਵੀ ਚੰਗੀ ਸ਼ੇਪ ਹੈਗੀ ਆ, ਬਿਲਕੁਲ ਮੁੱਠੀ ਵਿੱਚ ਆਉਣ ਵਾਲਾ ਥਣਾ। ਅਤੇ ਇਹ ਵੀ ਫਿਰ ਤਿਆਰੀ ਦੇ ਵਿੱਚ ਜਾਂ ਸੂਈ ਆ? ਨਹੀਂ ਇਹ ਸੂਈ ਹੋਈ ਆ, ਸੂਈ 4 ਤੋਂ 5 ਦਿਨ ਹੋ ਗਏ ਸੂਈ ਨੂੰ। ਅੱਛਾ ਜੀ। ਤੇ ਇਸ ਵਕਤ ਇਹਦੇ ਥੱਲੇ 14 ਲੀਟਰ, ਚਲੋ ਆਪਾਂ 13 ਲੀਟਰ ਹੀ ਕਹਿ ਕੇ ਦਾਂਗੇ, ਤੇ 15-16 ਲੀਟਰ ਇਹ ਵੀ ਆਰਾਮ ਨਾਲ ਕਰ ਜਾਏਗੀ। ਬਿਲਕੁਲ, ਅਜੇ 10 ਤੋਂ 15 ਦਿਨ ਦੇ ਵਿੱਚ ਦੁੱਧ ਤੇ ਆਏਗੀ ਗਾਈ। ਇਹ ਸੂਈ ਨੂੰ ਕਿੰਨਾ ਦਿਨ ਹੋਏ? ਇਹ 5 ਕੁ ਦਿਨ ਹੋਏ ਇਹਨੂੰ। ਮਗਰ ਬੱਚਾ ਹੀ ਲੱਗੀ ਸੀ? ਮਗਰ ਇਹਦੇ ਵੱਛੀ ਆ ਜੀ। ਵੱਛੀ ਆ ਗਈ? ਹਾਂਜੀ ਹਾਂਜੀ, ਵੱਛੀ ਬਿਲਕੁਲ ਡੱਬੀ ਇਸ ਤਰ੍ਹਾਂ। ਹਾਂਜੀ ਇਹੋ ਸੇਮ ਹੀ ਵੱਛੀ ਇਹੋ ਚੀਜ਼। ਤੇ ਸੂਆ ਤੀਜਾ ਕਿ ਦੂਜਾ ਜੀ? ਇਹ ਸੂਆ ਘਰ ਵਾਲੇ ਤੇ ਦੂਜਾ ਕਹਿੰਦੇ, ਆਪਾਂ ਤੀਜੇ ਕਰਕੇ, ਚਲੋ ਆਪਾਂ ਤੀਜਾ ਕਹਿ ਸਕਦੇ ਹਾਂ, ਤੀਜਾ ਕਹਿ ਸਕਦੇ ਹਾਂ। ਚਲੋ ਇਹ ਸਾਂਭ ਕੋਣੀ ਗਾਈ ਗਈ ਆ ਗਾਂ ਦੀ, ਮਤਲਬ ਚੰਗੀ ਨਹੀਂ ਵੈੜ ਤਾਂ ਵੇਖੋ ਜੀ, ਹਵਾਨਾ ਮੈਨੂੰ ਲੱਗਦਾ ਵੀ ਘੱਟੋ ਘੱਟ ਵੀ ਜਿੱਡੀਆਂ ਮਰਜ਼ੀ ਰੁਪਈਏ ਲਾ ਕੇ ਵੈੜਾਂ ਲੈ ਲਈਏ, ਹਵਾਨੇ ਕਈ ਨਾ ਇਹੋ ਜਿਹੇ ਦਿਸਦੇ ਨਹੀਂ ਉਹਨਾਂ ਨੂੰ, ਠੀਕ ਆ? ਅਤੇ ਲਾਲੀ ਦੇ ਵਿੱਚ ਬਿਲਕੁਲ ਜਿਹੜਾ ਹਵਾਨਾ ਦੋਸਤੋ, ਅਤੇ ਥਣਾਂ ਦੀ ਇੱਕ ਵਾਰੀ ਤੁਸੀਂ ਬੈਕ ਸਾਈਡ ਤੋਂ ਤੁਸੀਂ ਬਣਤਰ ਜ਼ਰੂਰ ਦੇਖੋ, ਠੀਕ ਆ? ਬਿਲਕੁਲ ਐਨ ਮੁੱਠੀ ਵਾਲਾ ਥਾਣਾ ਆ ਵੇਖੋ, ਠੀਕ ਆ ਜੀ? ਮੁੱਠੀ ਵਿੱਚ ਆਉਣ ਵਾਲਾ ਥਾਣਾ, ਅਤੇ ਵਿਥ ਵਿਰਲ ਵੀ ਜਿਹੜੀ ਥਣਾਂ ਦੀ ਸੋਹਣੀ ਹੈਗੀ ਆ। ਚਵਾਈ ਅੱਜ 10 ਕੁ ਦਿਨਾਂ 5 ਕੁ ਦਿਨਾਂ ਦੀ ਸੂਈ ਆ? 6 ਦਿਨ ਦੀ ਸੂਈ ਆ। ਤੇ ਕਿੰਨਾ ਕੁ ਹੁਣ ਬੋਲੇ ਦੇ ਵਿੱਚ ਵਸੇ ਆਪਾਂ ਚੋਈ ਕੀਤੀ? ਹੁਣ ਇਹ ਵਕਤ 14 ਲੀਟਰ ਹੈਗਾ, ਚਲੋ ਆਪਾਂ 13 ਕਹਿ ਕੇ ਦਾਂਗੇ ਹਲਦੀ ਘੜੀ, ਤੇ 15 ਪਲੱਸ ਜਾਊਗੀ ਵੀ ਆਰਾਮ ਨਾਲ, ਬੜੇ ਆਰਾਮ ਨਾਲ ਜਾਏਗੀ। ਬਿਲਕੁਲ ਜੀ, ਹਾਂਜੀ ਨਹੀਂ 15+, ਚਲੋ ਇਹਨੂੰ ਚਵਾਉਣਾ ਵੀ ਚਾਹੀਦਾ ਦੁੱਧ, ਇਹ 15 ਦਾ ਵੀ ਭਾਵੇਂ ਕੋਈ 17 ਚੋਲੇ ਸੇਵਾ ਦਾ ਬਾਕੀ। ਬਿਲਕੁਲ, ਇਹਨੂੰ ਵੀ ਤੁਹਾਨੂੰ ਖੁੱਲ੍ਹ ਕੇ ਦਿਖਾਈਏ। ਵੈੜ ਜਿਹੜੀ ਦੋਸਤੋ ਤਕਰੀਬਨ 3ਜਾ ਸੂਆ ਸੋਈ ਆ ਘਰ ਵਾਲਿਆਂ ਵੀਰ ਜਿੱਥੋਂ ਲਈ ਹੈ, ਸ਼ਾਇਦ ਉਹਨਾਂ ਦੂਜਾ ਕਿਹਾ, ਪਰ ਵੀਰਾਂ ਦਾ ਵੀ ਆਪਾਂ 3ਜਾ ਕਹਿ ਕੇ ਬੇਸ਼ੱਕ ਸੇਲ ਕਰ ਦਾਂਗੇ। ਵੈੜ ਦਾ ਹਵਾਨਾ ਜਿਹੜਾ ਦੋਸਤੋ ਬਹੁਤ ਖੂਬਸੂਰਤ ਆ, ਠੀਕ ਆ ਜੀ? ਭਰਮਾ ਲੇਵਾ, ਅਤੇ ਵੈੜ ਆਪ ਵੀ ਕੱਦ ਕਾਠੀ ਦੀ ਉੱਚੀ ਆ, ਠੀਕ ਆ? ਆ ਕਰੋ ਚੈੱਕ, ਲੈ ਆਈਏ ਜੀ। ਆਰਡਰ ਦੀ ਕੁਆਲਿਟੀ ਬਹੁਤ ਜ਼ਿਆਦਾ ਖੂਬਸੂਰਤ ਆ, ਠੀਕ ਆ ਜੀ? ਰੇਟ ਆਪਾਂ ਵੀਰ ਤੋਂ ਪੁੱਛ ਲੈਂਦੇ ਹਾਂ, ਅਤੇ ਫੋਨ ਚੱਕ ਕੇ ਤੁਸੀਂ ਫਟਾਕ ਦੇ ਸੌਦਾ ਕਰ ਸਕਦੇ, ਕਿਉਂਕਿ ਵਹਿਣਾ ਨੋਰਮਲੀ ਵੀਰ ਚੰਗੀਆਂ ਲੈ ਕੇ ਆਉਂਦਾ ਨਿਰਪਰਕ ਕਰਕੇ। ਅਤੇ ਤੁਹਾਨੂੰ ਵੀਰ ਕੀ ਲੈ ਦੇ ਜਾਂਦਾ? ਇਹਦਾ ਲੈ ਦੇ ਮੁੱਲ ਭਾਵੇਂ ਇਹਦਾ ਆਪਾਂ 36 ਕਰ ਲਈਏ, ਹਾਂਜੀ ਇਹ 32,000 ਰੁਪਏ ਦੀ ਦੇ ਦਾਂਗੇ ਆਪਾਂ। 32 ਦੀ? ਹਾਂਜੀ 32 ਦੀ ਦੇ ਦਾਂਗੇ, ਠੀਕ ਹੈ ਜੀ? ਦੁੱਧ ਇਹਨੇ ਆਰਾਮ ਨਾਲ 16-17 ਲੀਟਰ ਆਰਾਮ ਨਾਲ ਕਰ ਸਕਦਾ ਜੇ ਚੰਗੇ ਥਾਂ 'ਤੇ ਚਲੇਗੀ, 15 ਦੇ ਬੜੇ ਆਰਾਮ ਨਾਲ ਹੀ ਕਰ ਜਾਏਗੀ ਨਾ। ਬਿਲਕੁਲ ਬਿਲਕੁਲ, 13-14 ਲੀਟਰ ਤੇ ਤਿਆਰ ਆ ਬਿਲਕੁਲ। ਚਵਾਈ ਚਵਾਈ ਸੋਹਣੀ ਲੱਗੀ ਹੈ ਜੀ? ਹਾਂ 1 ਨੰਬਰ ਦੀ ਚਵਾਈ ਹੈ, ਕੋਈ ਗੱਲ ਨਹੀਂ ਹੈਗੀ ਕਿਸੇ ਗੱਲ ਦੀ। ਹਾਂਜੀ, ਅਤੇ ਦੋਵਾਂ ਦੇ ਬੱਚੇ ਆਪਾਂ ਦਿਖਾਵਾਂਗੇ ਜ਼ਰੂਰ, ਠੀਕ ਆ? ਅਤੇ ਬੱਚੇ ਜਿਹੜੇ ਦੋਸਤੋ, ਇੱਕ ਮੈਂ ਤੁਹਾਨੂੰ ਦਿਖਾ ਦਿੰਦਾ, ਕਿਉਂਕਿ ਬਾਅਦ ਵਿੱਚ ਵਿਹੜਾਂ ਆਪਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਨੇ, ਉਹ ਆਪਾਂ ਹੋ ਸਕਦਾ ਵੀ ਬੱਚੇ ਨਹੀਂ ਹੈਗੇ ਉਹਨਾਂ ਦੇ ਨਾਲ ਜਾਂ ਸੂਈਆਂ, ਉਹ ਵੱਛੀ, ਠੀਕ ਆ? ਉਹ ਵੱਛੀ ਡੱਬੀ, ਇਹ ਤਾਂ ਆ ਗਈ ਦੂਜੇ ਨੰਬਰ ਵਾਲੀ ਜਿਹੜੀ ਵੈੜ ਦਿਖਾਈ ਆਪਾਂ, ਇਹ ਤਾਂ ਬਿਲਕੁਲ ਉਹਦੀ ਮਦਰ ਤੇ ਗਈ ਚਲੀ, ਜਿਵੇਂ ਤਾਂ ਉਹਨੂੰ ਡੌਟ ਜੇ ਵਿੱਚ ਸਪੋਰਟ ਹੈਗੇ ਨਾ, ਉਸੇ ਤਰ੍ਹਾਂ ਇਹ ਵੱਛਾ ਆ ਗਿਆ ਪਹਿਲੀ ਵੈੜ ਦਾ ਜਰਸੀ ਦਾ। ਤੇ ਜੇਰ ਪ੍ਰੋਪਰ ਪੈ ਗਈ ਸੀ ਵੀ ਤੁਹਾਨੂੰ? ਹਾਂਜੀ ਹਾਂਜੀ ਪੂਰੀ ਪੈ ਗਈ ਸੀ। ਠੀਕ, ਆਹ ਬੱਚਾ ਦੋਸਤੋ ਪਹਿਲੀ ਵੈੜ ਦਾ ਜਿਹੜੀ ਜਰਸੀ ਅੰਗ 'ਚ ਦਿਖਾਈ ਨਾ ਤੁਹਾਨੂੰ, ਆਹ ਬੱਚਾ ਅੱਜ ਚੰਗਾ, ਠੀਕ ਹੈ ਜੀ? ਬਿਲਕੁਲ ਗ੍ਰੇ ਕਲਰ ਦੇ ਵਿੱਚ,
ਤੇ ਆ ਜਿਹੜੀ ਵੱਛੀ ਜੇ ਬਿਲਕੁਲ ਜਿਹੜੀ ਸੈਕਿੰਡ ਨੰਬਰ ਦੀ ਆਪਾਂ ਤੁਹਾਨੂੰ ਦਿਖਾਈ ਆ ਤੀਜੇ ਸੂਬੇ ਵਾਲੀ, ਠੀਕ ਆ, ਇਹ ਵੱਛੀ ਹੈ ਤੇ ਨਾੜੂ ਨਾਲ ਜੇ, ਠੀਕ ਹੈ, ਪੰਜਵੇਂ ਦਿਨ ਦੀ ਜਿਹੜੀ ਉਹ ਵੈਟ ਸੂਈ ਆ ਤੇ ਬਿਲਕੁਲ 15-14 ਲੀਟਰ ਜਿਹੜਾ ਦੁੱਧ ਚਵਾ ਦੂਗੀ, 15 ਤੋਂ +16 ਲੀਟਰ ਵੀ ਦੇ ਦੂਗੀ ਤੇ ਹੁਣ 12 ਕੁ ਦੇ ਦਰਮਿਆਨ ਜਿਹੜਾ ਬੋਲਾ ਚੱਲਣ ਡਿਆ 12-13 ਦੇ ਦਰਮਿਆਨ, ਠੀਕ ਆ। ਤੇ ਫਿਰ ਅੱਗੇ ਵੀਰ ਤੀਜੇ ਨੰਬਰ ਦੀ ਆਪਣੇ ਕੋਲ ਇਹ ਵੈਟ ਆ, ਇਹ ਟੁੱਕੀ ਆ ਜਾਂ ਸੂਈ ਹੋਈ ਆ ਜੀ? ਨਹੀਂ ਜੀ, ਕੋਈ ਇਹਨੂੰ ਤੋਕਰ ਸਮਝ ਲੇ, ਕੋਈ ਇਹਨੂੰ ਮਹੀਨੇ ਦੀ ਸੂਈ ਸਮਝ ਲੇ। ਹਾਂਜੀ, ਆਪਾਂ ਤੇ ਦੁੱਧ ਦੇਖ ਕੇ ਲਿਆਂਦੀ ਹੈ ਇਹ, ਤੇ ਇਹਦੇ ਥੱਲੇ 11 ਕੁ ਲੀਟਰ ਦੁੱਧ ਹੈਗਾ ਵਾ, ਪਰ ਆਪਾਂ 10 ਮੰਨ ਕੇ ਹੀ ਦਾਂਗੇ ਜੀ। 10 ਹੁਣ ਹਾਜ਼ਰ ਕਹਿ ਕੇ, ਹਾਜ਼ਰ ਕਹਿ ਕੇ ਦਾਂਗੇ, 10 ਲੀਟਰ ਮਾਰ ਕੇ ਕਰ ਸਕਦਾ ਕੋਈ? ਥਾਪੀ ਤੇ ਹੀ ਹੈ ਜੀ। ਹਾਂ, ਜਿਸ ਤਰ੍ਹਾਂ ਮਰਜ਼ੀ, ਕੋਈ ਗੱਲ ਹੀ ਨਹੀਂ ਆ। ਲਓ ਵੀ ਦੋਸਤੋ, ਠੀਕ ਆ, ਤੇ 10 ਕਿਲੋ ਵੀਰਾਂ ਦਾ ਵੀ ਆਪਾਂ ਕਹਿ ਕੇ ਦੇਵਾਂਗੇ ਵੀ ਹੁਣ ਮੌਕੇ ਦਾ ਹਾਜ਼ਰ ਆ ਜਿਹੜਾ ਚਵਾ ਦੇਣਾ ਘਰੇ। ਇਹਦੀ ਇੱਕ ਗੱਲ ਦੱਸ ਦਿੰਦਾ, ਇਹਦੇ ਅਗਲੇ ਥਾਂ ਚ ਇੱਕ ਚ ਥੋੜੀਆਂ ਧਾਰਾਂ ਘੱਟ ਆ, 5-4 ਉਲਟ ਪੈਣੀ ਵਾਲੇ ਚ। ਹਾਂਜੀ, ਬਹਿਣੀ ਤੋਂ ਉਲਟ ਵਾਲੀ ਸਾਈਡ ਅਗਲੇ, ਮਗਰਲੇ ਬਿਲਕੁਲ ਬਰਾਬਰ ਹੈਗੇ ਆ, ਠੀਕ ਆ। ਅਗਲੇ ਚ ਥੋੜੀਆਂ 5-4 ਧਾਰਾਂ ਘੱਟ ਹੈਗਾ, ਫਰਕ ਹੈਗਾ, ਉਹ ਆਪਾਂ ਪਹਿਲਾਂ ਹੀ ਦੱਸ ਦਿੰਦੇ ਹਾਂ। ਮਗਰਲੇ ਬਿਲਕੁਲ ਬਰਾਬਰ ਹੈ, ਮਗਰਲੇ ਓਕੇ ਆ ਜਮਾਈ, ਠੀਕ ਆ। ਚੱਲਦਾ ਉਹ ਵੀ ਹੈਗਾ ਵਾ, ਕੋਈ ਗੱਲ ਨਹੀਂ, ਧਾਰ ਦੀ ਆਪਾਂ ਧਾਰਾਂ ਮਾਰ ਕੇ ਦਿਖਾ ਹੀ ਦਿੰਦੇ ਹਾਂ। ਆ ਕਰਿਓ ਚੈੱਕ ਦੋਸਤੋ, ਠੀਕ ਆ, ਉਲਟ ਬਹਿਣੀ ਵਾਲੇ ਪਾਸੇ ਜਿਹੜਾ ਅਗਲਾ ਥਾਣੇ ਨਾ, ਉਹਦੇ ਚ ਧਾਰਾਂ ਥੋੜੀਆਂ ਘੱਟ ਨੇ। ਆ ਕਰੋ ਚੈੱਕ, ਠੀਕ ਆ, ਆ ਮਗਰਲੇ ਦੇਖਿਆ ਜੀ, ਮਗਰਲੇ ਤਾਂ ਆਪਸੀ ਬਰਾਬਰ ਹੈ ਨਾ ਜੀ? ਬਿਲਕੁਲ ਬਰਾਬਰ ਹੈ, ਅਗਲੇ ਦੇ ਵਿੱਚ ਅਗਲੇ ਦੇ ਬਰਾਬਰ ਜਿਹੜੀ ਇੱਕ ਧਾਰ ਘੱਟ ਆ, ਪਰਲੇ ਉਲਟ ਬਹਿਣੀ ਵਾਲੇ ਪਰਲੇ ਚ ਥੋੜਾ ਧਾਰ ਘੱਟ ਆ, ਠੀਕ ਆ, ਬਾਕੀ ਬਰਾਬਰੂ ਜਿਹੜਾ ਦੋਸਤੋ ਤੁਸੀਂ ਦੇਖ ਲਿਆ, ਠੀਕ ਆ, ਅਸੀਂ ਪਾਉਣ ਦੀ ਨਹੀਂ ਲੋੜ, ਜਿਸ ਤਰ੍ਹਾਂ ਮਰਜ਼ੀ ਕੋਈ ਗੱਲ। ਤੇ ਸੂਆ ਕਿੰਨੇ ਕੁ ਚਿਰ ਤੱਕ, 3 ਕੁ ਮਹੀਨੇ ਦਾ ਮੰਨ ਲਿਆ ਜਾਂ ਜਿੰਨਾ ਵੀ? ਸੂਆ ਉਹ ਤਾਂ ਘਰ ਵਾਲੇ ਦੇ ਕਹੀ ਜਾਂਦੇ, ਮਹੀਨਾ ਡੇਢ ਮਹੀਨਾ ਹੀ ਹੋਇਆ, ਪਰ ਚਲੋ 2 ਮੰਨ ਲਓ ਕਿ 3 ਮੰਨ ਲਏ, ਬਿਲਕੁਲ ਆਪਾਂ ਤਾਂ ਦੁੱਧ ਦੱਸ ਸਕਦੇ ਹਾਂ। 10 ਲੀਟਰ ਇਹਦੇ ਥੱਲੇ, 10 ਲੀਟਰ ਬਿਲਕੁਲ ਰੈਡੀ ਆ, ਬਿਲਕੁਲ ਰੈਡੀ ਆ। ਇਹ ਆਈ ਵੀ ਤੁਹਾਨੂੰ ਦੱਸਾਂ, ਉਹੋ ਜਿਹੇ ਥਾਂ ਤੋਂ ਵੀ ਜੇ ਸਾਂਭ ਘੱਟ ਹੀ ਹੋ ਸਕਦਾ ਕਿ ਚੰਗੇ ਥਾਂ ਤੇ ਚਲੇ ਜੇ ਤੇ ਦੁੱਧ ਹੋਰ ਵੱਧ ਸਕਦੀ। ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ। ਲਓ ਵੀ ਦੋਸਤੋ, ਆਹ ਥਾਣਾ ਦੀ ਸ਼ੇਪ ਚ ਚੰਗਾ ਜੀ, ਬਿਲਕੁਲ ਮੁੱਠੀ ਵਿੱਚ ਆਉਣ ਵਾਲਾ ਥਾਣਾ, ਤੇ ਬਿਲਕੁਲ ਵੀਰਾਂ ਦਾ ਵੀ ਅਗਲੇ ਦੇ ਕੰਪੇਅਰ ਜਿਹੜਾ ਬਹਿਣੀ ਵਾਲਾ, ਸੱਜੀ ਬਹਿਣੀ ਵਾਲਾ ਤੇ ਖੱਬੀ ਬਹਿਣੀ ਵਾਲੇ 'ਚ ਥੋੜ੍ਹਾ ਫਰਕ ਆ, ਧਾਰਾਂ ਜਿਹੜੀਆਂ ਘੱਟ ਨੇ, ਠੀਕ ਆ। ਬਾਕੀ ਮਗਰਲੇ ਨਾ ਮਗਰਲਾ ਤੁਸੀਂ ਜਿਵੇਂ ਮਰਜ਼ੀ ਚਵਾਈ ਕਰੋ, ਠੀਕ ਹੈ ਜੀ, ਬਰਾ ਕੇ ਵੇਖੋ, ਬਰਾਬਰ ਧਾਰਾਂ ਹੋਣਗੀਆਂ। ਜਿਹੜਾ ਇੱਕ ਹੈਗੀ ਸੀ ਥੋੜ੍ਹੀ ਬਾਤੀ, ਕੋਈ ਮੁਸ਼ਕਲ ਵੀਰ ਨੇ ਦੱਸਤੀ ਵੀ ਅਗਲੇ ਨਾਲ ਅਗਲਾ ਜਦੋਂ ਚਵਾਈ ਕਰੋਂਗੇ ਉਲਟ ਬਹਿਣੀ ਵਾਲੇ 'ਚ ਧਾਰਾਂ ਘੱਟ ਨੇ, ਅਤੇ ਵੱਡੇ ਕੱਦ ਕਾਟ ਦੇ ਵਿੱਚ ਆ, ਠੀਕ ਆ ਜੀ, ਫੇਸ ਤੋਂ ਤੁਸੀਂ ਜ਼ਰੂਰ ਦੇਖ ਲਓ, ਠੀਕ ਆ ਜੀ। ਹਾਂਜੀ, ਬਾਕੀ ਕਿਸੇ ਗੱਲੋਂ ਜਿਹੜਾ ਦੋਸਤੋ ਪਿੱਛੇ ਕੋਈ ਸਾਈਡ ਰੱਖਣ ਵਾਲਾ ਜਾਂ ਬਾਈ ਰੱਖਣ ਵਾਲੀ ਕੋਈ ਗੱਲ ਨਹੀਂ, ਬਿਲਕੁਲ ਪੱਧਰ ਪਿੱਛੋਂ ਹੈਗੀ ਆ, ਅਤੇ ਤਕਰੀਬਨ ਹੁਣ 10 ਲੀਟਰ ਤੁਸੀਂ ਹਾਜ਼ਰ ਤੋਂ ਮੰਨ ਕੇ ਲੈ ਕੇ ਜਾ ਸਕਦੇ ਹੋ, ਠੀਕ ਆ। ਸੂਆ ਤੁਸੀਂ ਆਪਦੀ ਸਮਝ ਨਾਲ, ਭਾਵੇਂ 2 ਮਹੀਨੇ ਭਾਵੇਂ 3 ਮਹੀਨੇ, ਜਿੰਨਾ ਵੀ ਸਮਝ ਸਕਦੇ ਹੋ ਉਹਨਾਂ ਤੁਸੀਂ ਸਮਝ ਕੇ ਲੈ ਕੇ ਜਾ ਸਕਦੇ ਹੋ। ਆ ਲਓ ਜੀ, ਠੀਕ ਹੈ, ਮੁੱਲ ਵੀ ਰਹਿੰਦਾ ਫਿਰ ਕਿੰਨਾ ਮੁੱਲ ਇਹਦਾ? ਭਾਵੇਂ 25 ਕਰ ਲਈਏ, ਭਾਵੇਂ 22 ਕਰ ਲਈਏ, ਹਾਂਜੀ, 20,000 ਦੀ ਗਾਈ ਦੇ ਦਾਂਗੇ ਆਪਾਂ। 20,000 ਦੀ? ਹਾਂਜੀ, 20,000 ਤੋਂ ਕੋਈ ਨਹੀਂ, 20,000 ਚੋਂ ਥੋੜਾ ਬਹੁਤਾ ਮਾਣ ਤਾਣ ਕਰ ਦਿਆਂਗੇ, ਠੀਕ ਹੈ ਵੀਰ। ਹਾਂਜੀ ਹਾਂਜੀ। ਸੋ ਦੋਸਤੋ, ਰੇਟ ਭਾਅ ਪੜਤਾ ਜਿਹੜਾ ਬਿਲਕੁਲ ਵਾਜਬਜਾ ਹੁੰਦਾ, ਠੀਕ ਹੈ ਜੀ। ਬਾਕੀ ਤੁਸੀਂ ਵੀਰ ਦੇ ਨਾਲ ਜਿਹੜਾ ਆਪਸੀ ਆ ਗੱਲਬਾਤ ਉਹ ਕਰ ਸਕਦੇ ਹੋ ਫੋਨ ਨੰਬਰਾਂ ਤੇ ਸੰਪਰਕ ਕਰਕੇ। ਇਸ ਤੋਂ ਬਾਅਦ ਲਾਸਟ ਐਂਡ ਫਾਈਨਲ ਤੇ ਜਿਹੜੀ ਵੈੜ ਆ ਗਈ ਨਾ, ਇਹ ਪਿਛਲੀ ਵੀਡੀਓ 'ਚ ਪਾਈ ਸੀ ਜਿਹਦੀ ਸਾਈ ਹੋਈ ਸੀ, ਆਪਾਂ ਪਾਈ ਸੀ। ਹਾਂ, ਪੈਸੇ ਕੋਈ ਨਾ ਬਣਦਾ ਕਾਰਨ ਵੀ ਹੋ ਸਕਦਾ ਬਾਅਦ ਵਿੱਚ, ਕੁਛ ਵੀ, ਚਲੋ ਉਹਨਾਂ ਵੀਰਾਂ ਨੇ ਮੁੜ ਕੇ ਕੋਈ ਗੱਲ ਹੀ ਨਹੀਂ ਦੱਸੀ ਹੈਗੀ, 500 ਰੁਪਈਆ ਸਾਈ ਪਾਈ ਸੀ ਆਪਾਂ ਨੂੰ,
ਤੇ ਬਾਅਦ ਵਿੱਚ ਫੋਨ ਦੇ ਆਪਣੀ ਕੋਈ ਕੰਟੈਕਟ ਨਹੀਂ ਹੋਇਆ ਉਹਨਾਂ ਨਾਲ। ਬਿਲਕੁਲ ਬਿਲਕੁਲ। ਤੇ ਦੁੱਧ ਦੇ ਥੱਲੇ 17-18 ਲੀਟਰ ਤਿਆਰ ਹੈ, ਕੋਈ ਗੱਲ ਨਹੀਂ, ਸੀਲ ਠੰਡੀ ਜਿਸ ਤਰ੍ਹਾਂ ਮਰਜ਼ੀ ਬਹਿ ਜਾਓ, ਕੋਈ ਗੱਲ ਨਹੀਂ, ਆਪਾਂ ਭਤਾਰਾਂ ਵੀ ਮਾਰ ਕੇ ਦਿਖਾਈਆਂ। ਤੇ ਵਰਡ ਚੰਗੀ ਹੈ ਦੋਸਤੋ, ਠੀਕ ਹੈ। ਬੱਚਾ ਮਰਨੇ ਕਰਕੇ ਥੋੜਾ ਜਿਹਾ ਆਪਾਂ ਘਾਟੇ ਨਾਲ ਵੇਚਣ ਡੇ ਆ। ਬੱਚਾ ਕਿੰਨੇ ਕ ਮਹੀਨਾ ਕ ਕਿਹਾ ਸੀ ਆਪਾਂ? ਹਾਂਜੀ ਮਹੀਨੇ ਕ ਦੀ ਸੀ। ਹਾਂਜੀ ਮਹੀਨੇ ਕ ਦੀ। ਤੇ ਦੁੱਧ ਹੁਣ ਕਿੰਨਾ ਹਾਜ਼ਰ ਸੋਲਾਂ ਦਾ? 17-18 ਲੀਟਰ ਆ। 17-18 ਹਾਂਜੀ ਹੈਗਾ, 18 ਹੀ ਆ, ਚਲੋ ਆਪਾਂ 17 ਕਹਿ ਕੇ ਦੇ ਦਾਂਗੇ। ਠੀਕ, ਇਹਦਾ ਮੁੱਲ ਆਪਾਂ ਕਿੰਨਾ ਕੀਤਾ ਸੀ? ਮੁੱਲ ਆਪਾਂ ਕੀਤਾ ਸੀ 40,000। 40,000? ਹਾਂ ਵੀ 40,000 ਦੀ ਦੇਣੀ ਆ। ਤੇ ਲਾਸਟ ਹੁਣ ਬਾਈ ਕਿੰਨਾ ਫਰਕ? ਪਰ ਇਹ ਆ ਵੀ ਚੀਜ਼ ਤਾਂ ਮੁੱਲ ਦੇ ਹਿਸਾਬ ਨਾਲ ਵਿਕਣੀ ਚਾਹੀਦੀ ਆ, ਪਰ ਇਹਨਾਂ ਵੀ ਥੋੜਾ ਬੰਦੇ ਦਾ ਮਾੜਾ ਮੋੜ ਖਰਾਬ ਕਰਨ ਕਰਕੇ ਬੱਚੇ ਦਾ ਕਰਕੇ। ਹਾਂਜੀ ਹਾਂ। ਤੇ ਹੁਣ ਇਹ ਆਪਾਂ ਚਲੋ 500 ਉਧਰੋਂ ਆ ਗਿਆ। ਹਾਂਜੀ ਤੇ ਚਲੋ ਕੋਈ ਨੀ, 1,000 ਹੋਰ ਮਾਣ ਤਾਣ ਕਰ ਦਾਂਗੇ। ਚਲੋ 38 ਦੀ ਦੇ ਦਾਂਗੇ ਆਪਾਂ। 38 ਦੀ? ਹਾਂਜੀ 38 ਦੀ ਦੇ ਦਾਂਗੇ। 38 ਜੋ ਪਰ ਛੋਟ ਛੋਟ ਹੀ ਕਰਾਂਗੇ, ਕਿਉਂਕਿ ਆਈ ਵੱਡੀ ਹੈਗੀ ਆ। ਹਾਂਜੀ ਹਾਂਜੀ, ਇੱਕ ਵਾਰੀ ਬੱਚੇ ਖੁਣੋ ਹੀ ਆ, ਬੱਚੇ ਖੁਣੋ ਆ, ਬੱਚੇ ਇੱਕ ਵਾਰੀ ਖੋਲ ਕੇ ਦਿਖਾਈਏ। ਵੈੜ ਜਿਹੜੀ ਦੋਸਤੋ ਖਰੀਦਣ ਵਾਲੀ ਆ, ਜਿੰਨੀ ਉੱਪਰੋਂ ਸਫਾਈ ਵਾਲੀ ਆ, ਹਵਾਨੇ ਵਾਲੇ ਪਾਸੇ ਵੀ ਬਿਲਕੁਲ ਸੇਮ ਟੂ ਸੇਮ ਓਨੀ ਸਫਾਈ ਆ ਵੈੜ ਦੀ, ਠੀਕ ਆ ਜੀ। ਬੇਨ ਤੁਹਾਨੂੰ ਜਿਹੜੀ ਆ, ਦੋਵੇਂ ਬੰਨੇ ਬਿਲਕੁਲ ਮੋਟੀ ਪੈਪ ਵਰਗੀ ਨਜ਼ਰ ਆ ਜਾਣੀ ਆ। ਤੇ ਵੈੜ ਦੀ ਫੇਸ ਦੀ ਕੁਆਲਿਟੀ ਵਧੀਆ, ਬੋਦੀ ਵਾਲੀ ਵੈੜ ਆ, ਠੀਕ ਆ ਜੀ। ਤੇ ਤਕਰੀਬਨ ਕੱਦ ਕਾਠੀ ਵੇਖੋਗੇ ਤੇ ਬਿਲਕੁਲ ਉੱਚੇ ਕੱਦ ਕਾਠ ਦੇ ਵਿੱਚ ਆ, ਤੇ ਰਾਜੀ ਆ, ਵਜਨ ਵਾਲੀ ਆ ਪੂਰੀ, ਠੀਕ ਆ। ਇੱਕ ਵਾਰੀ ਥਣਾਂ ਦੀ ਕੁਆਲਿਟੀ ਤੇ ਹਵਾਨੇ ਤੋਂ ਮੈਂ ਤੁਹਾਨੂੰ ਬੈਕ ਸਾਈਡ ਤੋਂ ਜ਼ਰੂਰ ਦਿਖਾ ਦੇਣਾ ਤਸੱਲੀ ਦੇ ਨਾਲ। ਤੇ ਚੁਵਾਈ ਆ, ਕਿਸੇ ਵੀਰ ਨੇ ਕਰਨੀ ਆ, 2 ਟਾਈਮ ਕਰ ਲਓ, 4 ਟਾਈਮ ਕਰ ਲਓ। ਪਿੰਡ ਦੁੱਗਲਵਾਲਾ ਦੇ ਵਿੱਚ ਪਹੁੰਚਣਾ ਤੁਸੀਂ, ਤਰਨ ਤਾਰਨ ਸਾਹਿਬ, ਠੀਕ ਆ ਜੀ, ਤਰਨ ਤਾਰਨ ਸਾਹਿਬ ਦਾ ਪਿੰਡ ਆ। ਤੇ ਚੁਵਾਈ ਤੁਸੀਂ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ, ਠੀਕ ਆ ਜੀ। ਆਪਣਾ ਸਾਈ ਕਰਕੇ 2 ਟਾਈਮ ਦੀ ਚੁਵਾਈ ਕਰ ਲਿਓ, 16-17 ਦੇ ਦਰਮਿਆਨ ਜਿਹੜੀ ਵੈੜ ਚੱਲਣ ਰਹੀ ਆ। ਕਾਰਨ ਜਿਹੜਾ ਸੀਗਾ ਦੋਸਤੋ, ਇਹਦੀ ਸਾਈ ਜਿਹੜੀ ਹੋ ਗਈ ਸੀਗੀ, ਠੀਕ ਆ ਜੀ, ਬਿਲਕੁਲ ਜਿਹੜੀ ਆ ਵਿਕ ਜਾਣੀ ਸੀਗੀ। ਸੋ ਕੋਈ ਕਾਰਨ ਹੋ ਸਕਦਾ, ਅੱਗੋਂ ਕਿਸੇ ਵੀਰ ਨੇ ਸਾਈ ਪਾਈ ਸੀਗੀ, ਪਰ ਉਹ ਅੱਗੋਂ ਮਤਲਬ ਪੈਸੇ ਨਾ ਬਣਨ ਦਾ ਕਾਰਨ ਹੋ ਸਕਦਾ, ਕੋਈ ਦੂਰੀ ਦਾ ਕਾਰਨ ਹੋ ਸਕਦਾ, ਵੀ ਕੋਈ ਦੂਰ ਤੋਂ ਕਿਤੇ ਸੰਪਰਕ ਕਰ ਲਿਆ ਹੋਵੇ। ਆ ਕਰੋ ਚੈੱਕ ਜੀ, ਠੀਕ ਹੈ ਜੀ। ਵਿੱਥਾਂ ਵਿਰਲਾਂ ਬਹੁਤ ਸੋਹਣੀਆਂ, ਗਿੱਠ ਗਿੱਠ ਦੀਆਂ ਵਿੱਥਾਂ ਵਿਰਲਾਂ ਹੀ ਨੇ, ਅਤੇ ਚੰਗੀ ਚੁਬਾਈ ਲੱਗੀ ਆ ਵੀਰਾਂ ਦਾ ਵੈੜ ਨੂੰ। ਤੇ ਮੁੱਲ ਫਿਰ ਹੁਣ 38 ਆਪਾਂ ਲੈ ਦੇ ਜਾਣੀ, ਹਨਾ ਜੀ? 38 ਦੀ ਪਰ 38 ਜੋ ਛੋਟ ਹੀ ਕਰਾਂਗੇ, ਕਿਉਂਕਿ ਹੁਣ ਵੱਡੀ ਗਾਈ ਫਿਰ ਤੁਹਾਨੂੰ ਪਤਾ ਇੰਨੇ ਦੀ ਆਉਂਦੀ ਨਹੀਂ ਹੈਗੀ, ਚਲੋ ਹੁਣ ਆਪਾਂ ਚਲੋ ਵੀ ਸੇਲ ਕਰਨੀ ਹੈ ਇਹੀ। ਬਿਲਕੁਲ ਜੀ, ਹਾਂਜੀ ਹਾਂਜੀ, ਜ਼ਰੂਰ ਵੀਰ। 38,000 ਜਿਹੜਾ ਦੋਸਤੋ ਬਿਲਕੁਲ ਜੈਸ ਨੂੰ ਵਾਲਾ ਰੇਟ ਸਮਝਿਓ, ਮੌਕੇ ਦਾ ਕੋਈ 100-200 ਕੋਈ ਰੱਸਾ ਛਡਾਈ ਵਾਲੀ ਗੱਲਬਾਤ, ਉਹ ਘਰ ਜਦੋਂ ਤੁਸੀਂ ਵਿਜਿਟ ਕੀਤੀ, ਠੀਕ ਆ, ਉਹ ਹੋ ਜਾਏਗਾ ਮੌਕੇ ਦਾ ਮਾਨ ਤਾਨ। ਤੇ ਸੋਨੂੰ ਵੀਰ ਇੱਕ ਸੰਪਰਕ ਨੰਬਰ ਵੀ ਆਪਣੇ ਜ਼ਰੂਰ ਬੋਲ ਦਈਏ। ਹਾਂਜੀ 9850-82415, 9850-82415 ਜੀ, ਠੀਕ ਹੈ ਜੀ। ਹਾਂਜੀ, ਤੇ ਵੈੜਾਂ ਜਿਹੜੀਆਂ ਦੋਸਤੋ, ਅੱਜ ਤਕਰੀਬਨ 4 ਐਨੀਮਲ ਸੀ ਵੀਰ ਦੇ ਕੋਲ, 2 ਤਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ, ਇੱਕ ਜਰਸੀ ਅੰਗ ਦੇ ਵਿੱਚ ਦਿਖਾਈ ਆ, ਇੱਕ ਤੁਹਾਨੂੰ ਆਪਾਂ ਇਹ ਵੈੜ ਦਿਖਾਈ ਆ ਜਿਹਦੀ ਕੰਪੈਸਿਟੀ 15-16 ਲੀਟਰ ਦੇ ਦਰਮਿਆਨ ਚੱਲੇਗੀ, ਠੀਕ ਹੈ ਜੀ, ਪੀਕ ਲੈਵਲ 'ਤੇ। ਹੁਣ 12-13 ਦੇ ਦਰਮਿਆਨ ਜਿਹੜਾ ਬਹੁਤਾ ਚੱਲਣ ਡਿਆ, ਵੱਛੀ ਇਹਦੇ ਮਗਰ, ਅਤੇ ਪਹਿਲੇ ਨੰਬਰ ਵਾਲੀ ਜਿਹੜੀ ਜਰਸੀ ਦਿਖਾਈ ਆ, ਇਹਦੇ ਮਗਰ ਜਿਹੜਾ ਮੇਲ ਕਾਫ ਵੱਛਾ, ਠੀਕ ਆ, ਇਹ ਵੀ 15+ ਦੀ ਮਿਲਕਿੰਗ ਕਰਵਾਊਗੀ, ਜਿਹੋ ਜਿਹਾ ਨੂੰ ਹਵਾਨਾ ਲੱਗਾ, ਠੀਕ ਆ ਜੀ। ਜਰਸੀ ਅੰਗ ਦੇ ਵਿੱਚ ਆ, ਸੰਪਰਕ ਨੰਬਰ ਵੀਰ ਸੋਨੂੰ ਦੇ ਲਗਾਤਾਰ ਸਕਰੀਨ 'ਤੇ ਚੱਲ ਰਹੇ ਆ, ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ, ਠੀਕ ਆ ਜੀ। ਅਤੇ ਬਾਕੀ ਜਿਹੜੀਆਂ ਥੋੜ੍ਹੀਆਂ ਜਿਹੀਆਂ ਕੋਈ ਮਹੀਨੇ ਡੇਢ ਮਹੀਨੇ ਮਹੀਨੇ ਦੇ ਦਰਮਿਆਨ ਜਿਹੜੀਆਂ ਵਿਹੜਾਂ ਸੂਈਆਂ ਨੇ, ਉਹਨਾਂ ਦਾ ਵੀ ਭਾਅ ਪੜਤਾ ਆਪਾਂ ਵੀਰ ਤੋਂ ਪੁੱਛ ਲਿਆ, ਅਤੇ ਚਾਹਵਾਨ ਵੀਰ ਤੁਸੀਂ ਖਾਸੇ ਤੌਰ 'ਤੇ ਜਿਹੜਾ ਸੰਪਰਕ ਵੀਰ ਦੇ ਨਾਲ ਕਰ ਸਕਦੇ ਹੋ। ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।